ਕਿਸਾਨ ਅੰਦੋਲਨ ਅਜੇ ਵੀ ਜਾਰੀ ਹੈ ਅਤੇ ਦੂਜੇ ਪਾਸੇ ਨਵਦੀਪ ਦੀ ਰਿਹਾਈ ਜਾਂ ਜ਼ਮਾਨਤ ਦੇ ਨਾਲ ਇੱਕ ਹੋਰ ਵੱਡਾ ਮਾਰਕਾ ਕਿਸਾਨਾਂ ਨੇ ਮਾਰਿਆ। ਆਪਦੀ ਜ਼ਿੰਦਗੀ ਜੋਖਮ 'ਚ ਪਾ ਕੇ ਉਹਨੇ ਉਹਦਾ ਜਲ ਤੋਬਦਾ ਮੂੰਹ ਉਲਟਾ ਪੁਲਿਸ ਵੱਲ ਨੂੰ ਕਰਤਾ ਅਤੇ ਪੁਲਿਸ ਵਾਲਿਆਂ ਦੀ ਅੱਖ 'ਚ ਰੜਕਦਾ ਸੀ ਉਹ ਵਾਹਵਾ। 10 ਤਰੀਕ ਨੂੰ ਅਲਟੀਮੇਟਮ ਦਿੱਤਾ ਗਿਆ ਇੱਕ ਹਫ਼ਤੇ ਦਾ ਅਤੇ ਕੁਦਰਤੀ 16 ਤਰੀਕ ਨੂੰ ਨਵਦੀਪ ਨੂੰ ਜ਼ਮਾਨਤ ਮਿਲ ਜਾਂਦੀ ਹੈ। ਉਹਦੇ ਮੁਤਾਬਕ ਕਹਿੰਦਾ ਉੱਥੇ 45 ਬੰਦੇ ਮੇਰੀ ਪੁੱਛਗਿੱਛ ਵਾਸਤੇ ਬੈਠੇ ਸੀ। ਇਹਨੂੰ ਤੀਜਾ ਦਰਜਾ ਨਹੀਂ, ਮੈਂ ਕਹਿ ਸਕਦਾ ਕਿ ਤੀਵਾਂ ਦਰਜਾ ਦਿੱਤਾ। ਇਹਨੂੰ ਬਹੁਤ ਤਸੀਹੇ ਦਿੱਤੇ ਗਏ, ਇਹਦੀਆਂ ਲੱਤਾਂ ਪਾੜੀਆਂ, ਇਹਨੂੰ ਪਾਣੀ 'ਚ ਡਬੋਇਆ, ਹੱਥ ਪਿੱਛੇ ਬੰਨ ਕੇ ਬਰਫ਼ 'ਤੇ ਸੁੱਟਤਾ। ਤਮਾਮ ਜੋ ਵੀ ਇਹ ਕਰ ਸਕਦੇ ਸੀ, ਬੰਦੇ ਨੂੰ ਕਰੰਟ ਵਗੈਰਾ ਜੋ ਵੀ ਲਾਉਂਦੇ ਉਹ ਕੀਤਾ। ਪਤਾ ਹੀ ਹੈ ਕਿ ਜਿਹੜਾ ਸਰਕਾਰਾਂ ਦੇ ਉਲਟ ਚੱਲੇ ਉਹ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਹੁੰਦਾ ਹੈ। ਵਿਧਾਨ ਸਭਾ ਦੀਆਂ ਚੋਣਾਂ ਹਰਿਆਣਾ ਦੇ ਵਿੱਚ ਨੇ, ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਵੀ ਕਮਰ ਕੱਸ ਲਈ ਹੈ, ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਨ ਸੰਭਾਲੀ ਹੈ ਤਾਂ ਪ੍ਰਚਾਰਕਾਂ ਦੇ ਤੌਰ ਦੇ ਉੱਤੇ ਪੰਜਾਬ ਦੇ ਮੰਤਰੀ MLA ਵੀ ਜਾਣਗੇ। SYL ਦਾ ਮੁੱਦਾ ਕਾਫੀ ਭਖਿਆ ਹੋਇਆ ਜਿਹਦੇ ਉੱਤੇ ਮਾਨ ਸਰਕਾਰ ਨੂੰ ਘੇਰ ਵੀ ਰਹੇ ਨੇ ਵਿਰੋਧੀ ਕਿ ਹੁਣ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਕਿਹੜੀ ਗੱਲ ਕਰਨਗੇ, ਕਿਉਂਕਿ ਮੁੱਖ ਮੰਗ ਹਰਿਆਣੇ ਦੇ ਵਿੱਚ SYL ਦੀ ਹੈ ਅਤੇ ਪੰਜਾਬ ਵਾਲੇ ਕਹਿੰਦੇ ਨੇ ਪਾਣੀ ਦੇਣਾ ਨਹੀਂ ਅਤੇ ਮੁੱਖ ਮੰਤਰੀ ਸਾਹਿਬ ਇਹਦੇ ਉੱਤੇ ਹੁਣ ਕੀ ਟਿੱਪਣੀ ਕਰਨਗੇ ਇਹ ਵੀ ਸਵਾਲ ਹੈ। ਭਗਵੰਤ ਮਾਨ ਨੂੰ ਲਾ ਲਿਆ ਉਹਨਾਂ ਨੇ ਬਿੰਡੀ, ਉੱਥੇ ਚੋਣਾਂ ਦੇ ਵਿੱਚ ਇਹ ਸਭ ਤੋਂ ਮੁੱਖ ਨੇ ਤਾਂ ਬਹੁਤ ਸਾਰੇ ਸਾਡੇ ਅੰਤਰਰਾਜੀ ਮੁੱਦੇ ਨੇ। ਲੰਬੇ ਸਮੇਂ ਤੋਂ ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦਾ ਮਸਲਾ, ਰਾਜਧਾਨੀ ਦਾ ਮਸਲਾ, ਇਹ ਜਿਹੜੀ ਦੋ ਧਾਰੀ ਤਲਵਾਰ ਹੈ ਨਾ, ਇਹ ਭਗਵੰਤ ਮਾਨ ਵਾਸਤੇ ਬਹੁਤ ਸੋਚ ਸਮਝ ਕੇ ਤੁਰਨ ਦੀ ਲੋੜ ਹੈ। ਜੇ ਉਹ ਉੱਧਰ ਜਾ ਕੇ ਉਹਨਾਂ ਦੇ ਹੱਕ 'ਚ ਬੋਲਦੇ ਆ ਤਾਂ ਪੰਜਾਬ ਖੜਾ ਹੁੰਦਾ, ਜੇ ਛੱਡਦੇ ਆ ਪੰਜਾਬ ਦੀ ਗੱਲ ਕਰਨਗੇ ਹਰਿਆਣੇ ਦੇ ਵਿੱਚ ਦਾਲ ਨਹੀਂ ਗੱਲ ਨਹੀਂ, ਹਰੇਕ ਪਾਸੇ ਤੁਰ ਪੈਂਦੇ ਨੇ, ਜਵਾਨ ਤਾਂ ਜ਼ਬਤ ਕਰਾ ਕੇ ਤੁਰੇ ਆਉਂਦੇ ਆ। ਸਤਿ ਸ਼੍ਰੀ ਅਕਾਲ, ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਵੱਖ ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਅਤੇ ਮੁੱਦੇ ਜੁੜੇ ਹੁੰਦੇ ਨੇ ਤੁਹਾਡੇ ਨਾਲ, ਦੇਸ਼ ਨਾਲ, ਰਾਜਨੀਤੀ ਨਾਲ, ਸਮਾਜ ਨਾਲ, ਅਤੇ ਖਾਸ ਤੌਰ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਂਦੇ ਹਾਂ ਕਿ ਹਫ਼ਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਸਾਡੇ ਦੇਸ਼ ਦੇ ਵਿੱਚ, ਸਮਾਜ ਦੇ ਵਿੱਚ, ਸੂਬੇ ਦੇ ਵਿੱਚ। ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਪ੍ਰਤੀਕਰਮ ਦਿੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲ ਸਾਹਿਬ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਢਿੱਲ ਸਾਹਿਬ, ਜਿਸ ਤਰ੍ਹਾਂ ਦੇ ਨਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅਤੇ ਇੱਕ ਅਜਿਹਾ ਨੌਜਵਾਨ ਜੋ ਬੜੀ ਤੇਜ਼ੀ ਦੇ ਨਾਲ ਸੁਰਖੀਆਂ ਦੇ ਵਿੱਚ ਆਇਆ, ਵਾਟਰ ਕੈਨਨ ਮੈਨ ਦੇ ਨਾਮ ਨਾਲ ਮਸ਼ਹੂਰ ਹੋਇਆ ਨਵਦੀਪ ਜਲਵੇੜਾ, ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ। 에ਅਰਪੋਰਟ ਤੋਂ ਉਹਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਸੀ, ਹਾਲਾਂਕਿ ਸਾਥੀ ਨੂੰ ਪਹਿਲਾਂ ਜ਼ਮਾਨਤ ਮਿਲ ਗਈ ਸੀ ਅਤੇ ਹੁਣ ਨਵਦੀਪ ਨੂੰ ਵੀ ਜ਼ਮਾਨਤ ਮਿਲੀ ਹੈ, ਜਿਸ ਤੋਂ ਬਾਅਦ ਉਹਦਾ ਕਿਸਾਨ ਜਥੇਬੰਦੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਤਾਂ ਕੁੱਲ ਮਿਲਾ ਕੇ ਕਿਸਾਨ ਅੰਦੋਲਨ ਅਜੇ ਵੀ ਜਾਰੀ ਹੈ ਅਤੇ ਦੂਜੇ ਪਾਸੇ ਨਵਦੀਪ ਦੀ ਰਿਹਾਈ ਜਾਂ ਜ਼ਮਾਨਤ ਦੇ ਨਾਲ ਇੱਕ ਹੋਰ ਵੱਡਾ ਮਾਰਕਾ ਕਿਸਾਨਾਂ ਨੇ ਮਾਰਿਆ। ਦੇਖੋ ਨਵਦੀਪ ਜਲਵੇੜਾ ਬਿਲਕੁਲ ਠੀਕ ਫਰਮਾਇਆ, ਇੱਕ ਵਾਟਰ ਕੈਨਨ ਮੈਨ ਦੇ ਨਾਂ 'ਤੇ ਆਪਦੀ ਜ਼ਿੰਦਗੀ ਜੋਖਮ 'ਚ ਪਾ ਕੇ ਉਹਨੇ ਉਹਦਾ ਜਲ ਤੋਪ ਦਾ ਮੂੰਹ ਉਲਟਾ ਪੁਲਿਸ ਵੱਲ ਨੂੰ ਕਰਤਾ ਅਤੇ ਪੁਲਿਸ ਵਾਲਿਆਂ ਦੀ ਅੱਖ 'ਚ ਰੜਕਦਾ ਸੀ ਉਹ ਵਾਹਵਾ। ਇਹ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਗਿਆ ਵਾ ਸੀ, ਉੱਥੋਂ ਦੇ ਇੱਕ ਵੱਡੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ, ਕਿਉਂਕਿ ਉਹ ਆਗੂ ਕਿਸਾਨੀ ਅੰਦੋਲਨ ਵਿੱਚ ਇੱਧਰ ਵੀ ਆਏ ਸੀ, ਦਿੱਲੀ ਵੀ ਆਏ ਸੀ। ਇਹਨਾਂ ਨੇ ਮੰਗ ਰੱਖਤੀ ਕਿ 17 ਜੁਲਾਈ ਤੋਂ ਪਹਿਲਾਂ ਪਹਿਲਾਂ ਜੇ ਨਵਦੀਪ ਰਿਹਾ ਨਹੀਂ ਹੁੰਦਾ ਅਸੀਂ ਅੰਬਾਲੇ ਦੇ SP ਅਤੇ DC ਦਾ ਘੇਰਾਓ ਕਰਾਂਗੇ। 10 ਤਰੀਕ ਨੂੰ ਅਲਟੀਮੇਟਮ ਦਿੱਤਾ ਗਿਆ ਇੱਕ ਹਫ਼ਤੇ ਦਾ, ਅਤੇ ਕੁਦਰਤੀ 16 ਤਰੀਕ ਨੂੰ ਨਵਦੀਪ ਨੂੰ ਜ਼ਮਾਨਤ ਮਿਲ ਜਾਂਦੀ ਹੈ। ਪਹਿਲਾਂ ਇੱਕ ਕੇਸ 'ਚੋਂ ਹੀ ਜਿਹਦੇ ਵਿੱਚ ਇਹਨਾਂ ਨੇ ਧਾਰਾ 307 ਇਰਾਦਾ ਕਤਲ ਲਾਈ, ਪੁਲਿਸ ਵਾਲੇ ਧਾਰਾਵਾਂ ਲਾਉਣ ਵਾਸਤੇ ਤਾਂ ਬਹੁਤ ਸ਼ੇਰ ਬੱਬਰ ਨੇ। ਜਦੋਂ ਅਦਾਲਤ ਨੇ ਪੁੱਛਿਆ ਕਿ ਇਹ 307 ਕਿਵੇਂ ਲਾਈ, 307 ਦਾ ਇੱਕ ਕਾਨੂੰਨ ਹੈ, ਜੇ ਕਿਸੇ 'ਤੇ 307 ਲੱਗੇ ਇੱਕ ਡਾਕਟਰੀ ਬੋਰਡ ਬੰਦ ਹੈ, ਉਹ ਡਾਕਟਰੀ ਬੋਰਡ ਉਹਦਾ ਮੈਨਾ ਕਰਦਾ ਅਤੇ ਦੱਸਦਾ ਕਿ ਜਿਹੜੀ ਸੱਟ ਸਿਰ ਦੇ ਨੇੜੇ ਵੱਜੀ ਹੈ ਇਹਦੇ ਨਾਲ ਉਸ ਦੀ ਜੀਵਨ ਲੀਲਾ ਸਮਾਪਤ ਹੋ ਸਕਦੀ ਹੈ ਜਾਂ ਨਹੀਂ। ਤੁਸੀਂ ਕਹਿੰਦੇ ਕਿਹੜੇ ਡਾਕਟਰ ਬਣ ਗਏ ਜੀ, ਤੁਸੀਂ ਕਿਹੜੇ ਐਕਸਰੇ ਚੱਕ ਲਿਆ ਆਪਦੇ ਕੋਲ? ਉਹਦੇ 'ਚ ਇੱਕ ਆਪਣਾ ਅੜਿੱਕੇ 'ਚ ਆ ਗਏ ਅਤੇ ਕਹਿਤਾ ਚਲੋ ਜੀ ਜਵਾਨ ਮਾਨਯੋਗ ਅਦਾਲਤ ਨੇ ਅੰਬਾਲੇ ਦੀ ਨੇ ਦੇਤੀ ਸੈਸ਼ਨ ਅਦਾਲਤ ਨੇ। ਦੂਜਾ ਕੇਸ ਜਿਹਦੇ 'ਤੇ ਹੋਰ ਧਰਾਵਾਂ ਲਾਈਆਂ ਸੀ, ਇਹ ਉੱਧਰੋਂ ਆਇਆ ਜੰਮੂ ਕਸ਼ਮੀਰ ਵਾਲੇ ਪਾਸਿਓਂ। ਜਦੋਂ ਇਹ ਮੋਹਾਲੀ ਸ਼ਹੀਦ ਭਗਤ ਸਿੰਘ ਹਵਾਈ ਅੱਡੇ 'ਤੇ ਉਤਰਿਆ, ਬਾਹਰ ਨਿਕਲਿਆ ਤਾਂ ਹਰਿਆਣੇ ਵਾਲੇ ਪਹਿਲੇ ਹੀ ਤਾਂਘ 'ਚ ਸੀ, ਇਹਨਾਂ ਨੂੰ ਪਤਾ ਸੀ ਆਉਣਾ। ਰਸਤੇ ਦੇ ਵਿੱਚੋਂ ਇਹਨਾਂ ਨੇ ਇਹਨੂੰ ਨਵਦੀਪ ਨੂੰ ਚੁੱਕ ਲਿਆ ਅਤੇ ਆਪਣੇ ਸੈਂਟਰ 'ਚ ਲੈ ਗਏ। ਉਹਦੇ ਮੁਤਾਬਕ ਕਹਿੰਦਾ ਉੱਥੇ 45 ਬੰਦੇ ਮੇਰੀ ਪੁੱਛਗਿੱਛ ਵਾਸਤੇ ਬੈਠੇ ਸੀ। ਇਹਨੂੰ ਤੀਜਾ ਦਰਜਾ ਨਹੀਂ, ਮੈਂ ਕਹਿ ਸਕਦਾ ਕਿ 30ਵਾਂ ਦਰਜਾ ਦਿੱਤਾ। ਹਰਿਆਣੇ ਦਾ ਮਨੁੱਖੀ ਅਧਿਕਾਰ ਸੰਗਠਨ, ਕੇਂਦਰ ਦਾ ਕੋਈ ਮਨੁੱਖੀ ਅਧਿਕਾਰ ਸੰਗਠਨ, ਕਿਸਾਨ ਜਥੇਬੀਆਂ ਬੰਦੀਆਂ ਵੀ ਉਸ ਲੈਵਲ ਤੱਕ ਨਹੀਂ ਪਹੁੰਚੀਆਂ ਜੋ ਹੋਣਾ ਚਾਹੀਦਾ ਸੀ, ਅਤੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਭੰਦੇਰ ਹੋਰਾਂ ਦੇ ਨਾਲ ਨਹੀਂ ਚੱਲਦੇ, ਉਹਨਾਂ ਨੇ ਇਹ ਤਾਂ ਦੇਤਾ ਕਿ ਅਸੀਂ ਹਾਂ ਉੱਥੇ ਆਵਾਂਗੇ, ਪਰ ਉਹ ਭੂਮਿਕਾ ਅਦਾ ਨਹੀਂ ਹੋਈ ਜੋ ਹੋਣੀ ਚਾਹੀਦੀ ਸੀ। ਇਹਨੂੰ ਬਹੁਤ ਤਸੀਹੇ ਦਿੱਤੇ ਗਏ, ਇਹਦੀਆਂ ਲੱਤਾਂ ਪਾੜੀਆਂ, ਇਹਨੂੰ ਪਾਣੀ 'ਚ ਡੁਬੋਇਆ, ਹੱਥ ਪਿੱਛੇ ਬੰਨ ਕੇ ਬਰਫ਼ 'ਤੇ ਸੁੱਟਤਾ, ਤਮਾਮ ਜੋ ਵੀ ਇਹ ਕਰ ਸਕਦੇ ਸੀ, ਬੰਦੇ ਨੂੰ ਕਰੰਟ ਵਗੈਰਾ ਜੋ ਵੀ ਲਾਉਂਦੇ ਉਹ ਕੀਤਾ। ਉਹਦੇ ਮੁਤਾਬਕ ਉਹ ਆ ਗਿਆ, ਉਹ ਕਹਿੰਦਾ ਵੀ ਮੇਰਾ ਹੌਸਲਾ ਪਸਤ ਨਹੀਂ ਹੋਇਆ। ਜਦੋਂ ਮੈਂ ਜੇਲ੍ਹ 'ਚ ਗਿਆ ਉੱਥੇ ਕੁਝ ਅਜਿਹੇ ਸੱਜਣਾਂ ਦੇ ਨਾਲ ਮੁਲਾਕਾਤ ਹੋਈ ਜਿਹੜੇ ਪਤਾ ਨਹੀਂ ਕਿਵੇਂ ਜੇਲ੍ਹਾਂ 'ਚ ਆ ਗਏ, ਅਤੇ ਵਿਚਾਰ ਉਹਨਾਂ ਦੇ ਚੰਗੇ ਨੇ। ਨਾਲ ਹੀ ਇਹਨੇ ਕਿਹਾ
ਕਿ ਭਾਈ ਸਾਹਿਬ ਜੀ ਮੈਂ ਤਿੰਨ ਪਾਠ ਉੱਤੇ ਨਿਤਨੇਮੀ ਹੋ ਗਿਆ ਸੀ ਤਿੰਨ ਬਾਣੀਆਂ ਦਾ। ਚਲੋ ਚੰਗੀ ਗੱਲ ਹੈ ਜੇ ਕੋਈ ਕਿਸੇ ਪਾਸੇ ਲੱਗਦਾ। ਇੱਕ ਦਿਨ ਪਹਿਲਾਂ ਰਿਹਾਈ ਹੋ ਗਈ, ਕੇਸ ਚੱਲਦਾ ਰਹੇਗਾ। ਪਹਿਲਾਂ ਵੀ ਬਥੇਰੇ ਕੇਸ ਪਾਏ ਹੋਏ ਆ ਹਰਿਆਣੇ ਦੀ ਪੁਲਿਸ ਨੇ। ਪਤਾ ਹੀ ਹੈ ਕਿ ਜਿਹੜਾ ਸਰਕਾਰਾਂ ਦੇ ਉਲਟ ਚੱਲੇ ਉਹ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਹੁੰਦਾ ਹੈ। ਸਾਡੇ ਅਮਰ ਸ਼ਹੀਦ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੀ ਟੀਮ ਜੇ ਉਹ ਚਾਹੁੰਦੇ ਤਾਂ ਅਸੈਂਬਲੀ ਦੇ ਵਿੱਚ ਦੂਸਰਾ ਬੰਬ ਵੀ ਸੁੱਟ ਸਕਦੇ ਸੀ, ਪਰ ਉਹਨਾਂ ਨੇ ਇੱਕ ਪਟਾਕਾ ਬੰਬ ਜਿਹਾ ਸੁੱਟਿਆ। ਕਹਿੰਦੇ ਅੰਗਰੇਜ਼ ਸਾਮਰਾਜ ਦੇ ਕੰਨ ਜਿਹੜੇ ਹੈ ਉਹਨਾਂ ਨੂੰ ਕੰਨਾਂ ਨੂੰ ਖੋਲ੍ਹਣ ਵਾਸਤੇ ਇਹ ਸਾਰਾ ਕੁਛ ਕੀਤਾ ਸੀ। ਸੋ ਜੇ ਕਿਸਾਨਾਂ ਨੇ ਇਹ ਸਾਰਾ ਕੁਛ ਉਹਨਾਂ ਉਹਦਾ ਸਨਮਾਨ ਵੀ ਕਰਤਾ, ਲੇਕਿਨ ਉਹ ਕਹਿੰਦਾ ਮੇਰੇ ਹੌਸਲੇ ਬਿਲਕੁਲ ਬੁਲੰਦ ਨੇ, ਸੰਘਰਸ਼ ਲਈ ਮੈਂ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗਾ ਜੀ। ਅਤੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਜੀ, ਚੋਣਾਂ ਨੂੰ ਲੈ ਕੇ। ਵਿਧਾਨ ਸਭਾ ਦੀਆਂ ਚੋਣਾਂ ਹਰਿਆਣਾ ਦੇ ਵਿੱਚ ਨੇ, ਅਤੇ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਵੀ ਕਮਰ ਕੱਸ ਲਈ ਆ, ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਨ ਸੰਭਾਲੀ ਆ। ਤਾਂ ਪ੍ਰਚਾਰਕਾਂ ਦੇ ਤੌਰ ਦੇ ਉੱਤੇ ਪੰਜਾਬ ਦੇ ਮੰਤਰੀ MLA ਵੀ ਜਾਣਗੇ, ਇੱਥੋਂ ਤੱਕ ਕਿ ਜਿਹੜੇ ਲੋਕ ਕੌਂਸਲਰ ਦੇ ਟਿਕਟ ਦੇ ਦਾਅਵੇਦਾਰ ਨੇ ਉਹ ਵੀ ਉੱਧਰਲੇ ਪਾਸੇ ਨੂੰ ਆਪਣੀਆਂ ਹੁਣ ਵਹਾਰਾਂ ਮੋੜ ਲੈਣਗੇ। ਤਾਂ ਕੁੱਲ ਮਿਲਾ ਕੇ ਹਰਿਆਣੇ ਦੇ ਵਿੱਚ ਚੋਣ ਹੋਣੀ ਆ, ਸਾਡਾ ਗੁਆਂਢੀ ਸੂਬਾ ਹੈ। ਕਈ ਇਲਾਕੇ ਤਾਂ ਇਹੋ ਜਿਹੇ ਨੇ ਵੀ ਜਿੱਥੋਂ ਤੁਸੀਂ 2-2.5 ਕਿਲੋਮੀਟਰ ਤੋਂ ਬਾਅਦ ਹੀ ਹਰਿਆਣੇ ਦੇ ਵਿੱਚ ਐਂਟਰ ਹੋ ਜਾਂਦੇ ਹੋ, ਖਾਸ ਕਰ ਪਟਿਆਲੇ ਵਾਲੇ ਪਾਸਿਓਂ, ਖਾਸ ਕਰ ਬਠਿੰਡੇ ਡੱਬਾ ਵਾਲੇ ਪਾਸਿਓਂ। ਤਾਂ ਇਸ ਕਰਕੇ ਕਾਫੀ ਅਹਿਮ ਚੋਣਾਂ ਨੇ ਉੱਥੋਂ ਦੀਆਂ ਵਿਧਾਨ ਸਭਾ। ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਥੋੜ੍ਹੀਆਂ ਜਿਹੀਆਂ ਆਪਸ ਦੇ ਵਿੱਚ ਦੂਰੀਆਂਦਾਰੀਆਂ ਵੱਧ ਜਾਂਦੀਆਂ ਨੇ, ਕਈ ਵਾਰ ਤਲਖੀ ਵਾਲੇ ਮਾਹੌਲ ਹੋ ਜਾਂਦੇ ਨੇ। ਅਤੇ ਅਜਿਹਾ ਹੀ ਜਦੋਂ ਹੋਇਆ ਤਾਂ ਫਿਰ ਸੰਜੇ ਸਿੰਘ ਦੀ ਐਂਟਰੀ ਵੀ ਹੋ ਗਈ। ਅਤੇ ਪਰ ਇੱਕ ਵੱਡਾ ਸਵਾਲ ਢਿੱਲ ਸਾਹਿਬ ਇਹ ਵੀ ਹੈ ਕਿ SYL ਦਾ ਮੁੱਦਾ ਕਾਫੀ ਭਖਿਆ ਹੋਇਆ, ਜਿਹਦੇ ਉੱਤੇ ਮਾਨ ਸਰਕਾਰ ਨੂੰ ਘੇਰ ਵੀ ਰਹੇ ਨੇ ਵਿਰੋਧੀ, ਕਿ ਹੁਣ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਕਿਹੜੀ ਗੱਲ ਕਰਨਗੇ, ਕਿਉਂਕਿ ਮੁੱਖ ਮੰਗ ਹਰਿਆਣੇ ਦੇ ਵਿੱਚ SYL ਦੀ ਹੈ ਅਤੇ ਪੰਜਾਬ ਵਾਲੇ ਕਹਿੰਦੇ ਨੇ ਪਾਣੀ ਦੇਣਾ ਨਹੀਂ, ਅਤੇ ਮੁੱਖ ਮੰਤਰੀ ਸਾਹਿਬ ਇਹਦੇ ਉੱਤੇ ਹੁਣ ਕੀ ਟਿੱਪਣੀ ਕਰਨਗੇ, ਇਹ ਵੀ ਸਵਾਲ ਹੈ ਜੀ। ਅਜੇ ਤਾਂ ਇਹ ਮਾਮਲਾ ਵਿੱਚ ਵਿਚਾਲੇ ਪਿਆ। ਪਿਛਲੀ ਸਰਕਾਰ ਦੇ ਵਿੱਚ ਗਜੇਂਦਰ ਸ਼ੇਖਾਵਤ ਦੀ ਡਿਊਟੀ ਲਾਈ ਸੀ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਜਾ ਕੇ ਨਵੀਂ ਗੱਲ ਨਾਲ ਕਰਤੀ ਜਿਹੜੀ ਅੱਜ ਤੱਕ ਕਿਸੇ ਹੋਰ ਨੇ ਨਹੀਂ ਚੁੱਕੀ। ਉਹ ਕਹਿੰਦੇ ਜਦੋਂ ਆਮ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਰਿਵਾਜ਼ ਹੈ ਕਿ ਘਰ ਵਗੈਰਾ ਵੰਡਣਾ ਹੋਵੇ ਤਾਂ ਸਾਰਾ ਸਮਾਨ ਸਾਹਮਣੇ ਰੱਖ ਲੈਂਦੇ ਨੇ। ਕਈ ਵਾਰ ਮਾਨ ਸਤਿਕਾਰ ਦੇ ਤੌਰ 'ਤੇ ਜੇ ਕੋਈ ਮਾੜਾ ਮੋਟਾ ਜ਼ਿਆਦਾ ਹੋਵੇ, ਚੱਲ ਐਂ ਕਰੋ ਇਹ ਬੇਬੇ ਬਾਪੂ ਨੂੰ ਛੱਡ ਦਿਓ, ਜਿਹੜਾ ਭਾਈ ਬੇਬੇ ਬਾਪੂ ਦੀ ਸੇਵਾ ਕਰੂਗਾ ਆਪੇ ਉਹ ਰੱਖ ਲੂਗਾ। ਪੰਜਾਬ ਵਾਲੇ ਦਰਿਆਵਾਂ ਨੂੰ ਵੰਡਣ ਤੁਰ ਪਏ, ਕਈ ਨੌਨ ਗੈਰ ਜਿਹੜੇ ਰਿਪੇਰੀਅਨ ਸਿਧਾਂਤ ਵਾਲੇ ਨੇ, ਰਾਜਸਥਾਨ ਤਾਂ ਕਿਸੇ ਵੀ ਹਿਸਾਬ ਨਾਲ ਨਹੀਂ ਸੀ ਬਣਦਾ, ਪਰ ਇੱਥੋਂ ਸਾਰਿਆਂ ਨੇ ਸਿਆਸਤਾਂ ਕੀਤੀਆਂ ਨੇ, ਨਾ ਅਕਾਲੀ ਘੱਟ ਨਾ ਕਾਂਗਰਸੀ ਘੱਟ। ਹਰਿਆਣੇ ਦੀ ਅਸੈਂਬਲੀ ਦੇ ਵਿੱਚ 1977-78 ਦੇ ਨੇੜੇ ਚੌਧਰੀ ਦੇਵੀ ਲਾਲ ਨੇ ਬੋਲਿਆ, ਮੇਰਾ ਬੜਾ ਭਾਈ ਇਸ ਵੇਲੇ ਪੰਜਾਬ ਮੇ ਮੁੱਖ ਮੰਤਰੀ ਬਣ ਗਿਆ ਹੈ, ਅਬ ਹਰਿਆਣੇ ਕੋ ਪਾਣੀ ਕੀ ਕਮੀ ਨਹੀਂ ਰਹੇਗੀ, ਭਾਵ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਰੱਜ ਕੇ ਸਿਆਸਤਾਂ ਕੀਤੀਆਂ ਨੇ, ਨਾਲੇ ਵੰਡਾਏ, ਨਾਲੇ ਆ ਕੇ ਕੇਸ ਕਰਤਾ। ਮੁੜ ਕੇ ਇੰਦਰਾ ਗਾਂਧੀ ਨੇ 1980 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਤੋਂ ਕੇਸ ਵਾਪਸ ਕਰਵਾਤਾ। ਇਹਨਾਂ ਨੇ ਜਿਹੜੀ ਅਸਲ ਜੜ ਸੀ ਉਹ ਫੇੜੀ ਦੀ, ਜਿਹੜੀ ਹੁਣ ਭਗਵੰਤ ਮਾਨ ਨੇ ਕਿਹਾ ਜੇ ਤੁਸੀਂ
ਸਤਲੁਜ ਜਮਨਾ ਨਵਨਾ ਜਿਹੜੀ ਇਹ ਨਹਿਰ ਦਾ ਮੁੱਦਾ ਪਾਇਆ ਵਾ, ਜੇ ਤੁਸੀਂ ਸਾਡੇ ਕੋਲੋਂ ਪਾਣੀ ਮੰਗਦੇ ਹੋ ਜਿਹੜਾ ਉਸ ਵੇਲੇ ਪਹਿਲਾਂ ਕੀਤਾ ਗਿਆ, ਤਾਂ ਕਹਿੰਦੇ ਭਾਈ ਜਮਨਾ ਦੇ ਵਿੱਚੋਂ ਵੀ ਵਿੱਚ ਗਿਰੋ। ਇਹ ਥੋੜ੍ਹੀ ਹੈ ਕਿ ਵੱਡੇ ਭਰਾ ਦਾ ਸਾਰਾ ਕੁਛ ਗਿਣ ਲਓ, ਛੋਟੇ ਭਰਾ ਦਾ ਕੁਛ ਗਿਰੋ ਹੀ ਨਾ। ਉਹ ਗੱਲ ਭਗਵੰਤ ਮਾਨ ਨੇ ਉਠਾਈ, ਬਾਕੀ ਸਾਰੇ ਚੁੱਪ ਰਹੇ ਉਹਦੇ 'ਤੇ ਪਿਛਲਿਆਂ ਦੇ ਵਿੱਚ। ਸੋ ਹੁਣ ਜਦੋਂ ਆ ਗਈਆਂ ਵੋਟਾਂ, ਭਗਵੰਤ ਮਾਨ ਨੂੰ ਲਾ ਲਿਆ ਉਹਨਾਂ ਨੇ ਬਿੰਡੀ ਸਭ ਤੋਂ ਮੂਹਰਲੇ ਪਾਸੇ। ਇਹ ਚੀਜ਼ ਹੁਣ ਜਾ ਕੇ ਜਦੋਂ ਪਤਾ ਲੱਗੀ ਕਿ ਉੱਥੇ ਚੋਣਾਂ ਦੇ ਵਿੱਚ ਇਹ ਸਭ ਤੋਂ ਮੁੱਖ ਨੇ, ਤਾਂ ਬਹੁਤ ਸਾਰੇ ਸਾਡੇ ਅੰਤਰਰਾਜੀ ਮੁੱਦੇ ਨੇ ਲੰਬੇ ਸਮੇਂ ਤੋਂ ਪੰਜਾਬੀ ਬੋਲਦੇ ਲੱਗ ਕੇ। ਪਾਣੀਆਂ ਦਾ ਮਸਲਾ, ਰਾਜਧਾਨੀ ਦਾ ਮਸਲਾ, ਇਹ ਜਿਹੜੀ ਦੋ ਧਾਰੀ ਤਲਵਾਰ ਹੈ ਨਾ, ਇਹ ਭਗਵੰਤ ਮਾਨ ਵਾਸਤੇ ਬਹੁਤ ਸੋਚ ਸਮਝ ਕੇ ਤੁਰਨ ਦੀ ਲੋੜ ਹੈ। ਜੇ ਉਹ ਉੱਧਰ ਜਾ ਕੇ ਉਹਨਾਂ ਦੇ ਹੱਕ 'ਚ ਬੋਲਦੇ ਆ ਤਾਂ ਪੰਜਾਬ ਖੜ੍ਹਾ ਹੁੰਦਾ, ਜੇ ਛੱਡਦੇ ਆ ਪੰਜਾਬ ਦੀ ਗੱਲ ਕਰਨਗੇ, ਹਰਿਆਣੇ ਦੇ ਵਿੱਚ ਦਾਲ ਨਹੀਂ ਗੱਲ ਨਹੀਂ, ਦਾਲ ਪਹਿਲਾਂ ਵੀ ਕਿਹੜੀ ਕਿੰਨੀ ਕੁ ਗਣੀ ਹੈ ਇਹਨਾਂ ਦੀ, ਹਰੇਕ ਪਾਸੇ ਤੁਰ ਪੈਂਦੇ ਨੇ, ਜਵਾਨ ਤਾਂ ਜ਼ਬਤ ਕਰਾ ਕੇ ਤੁਰੇ ਆਉਂਦੇ ਆ। ਕੁਝ ਥਾਵਾਂ 'ਤੇ ਇਹਨਾਂ ਨੂੰ ਸਫਲਤਾ ਮਿਲੀ, ਗੁਜਰਾਤ 'ਚ ਮਿਲੀ, ਗੋਆ 'ਚ ਮਿਲੀ। ਸੋ ਮੇਰੇ ਵਿਚਾਰ ਹੈ ਕਿ ਇੱਕ ਇੱਕ ਰਾਜ ਨੂੰ ਜੇ ਇਹ ਮਿਹਨਤ ਨਾਲ ਅੱਗੇ ਕਰਨ ਤਾਂ ਕਰ ਸਕਦੇ ਆ। 12 ਸਾਲਾਂ ਦੇ ਵਿੱਚ ਇਹ ਕੌਮੀ ਪਾਰਟੀ ਬਣ ਗਏ, ਅਤੇ ਜਿਹੜੇ ਕੌਮੀ ਬਣਨ ਨੂੰ ਫਿਰਦੇ ਸੀ ਉਹ ਤਾਂ ਆਪਣੇ ਰਾਜ 'ਚ ਜਵਾਨਤਾ ਜ਼ਬਤ ਕਰਾ ਕੇ ਬਹਿ ਗਏ ਲੋਕ ਸਭਾ 'ਚ। ਜੀ ਬਿਲਕੁਲ ਜੀ। ਅਤੇ ਅਟਲ ਸਾਹਿਬ, ਅਗਲੀ ਖਬਰ ਦੇ ਵੱਲ ਵੱਧਦੇ ਹਾਂ ਜੀ। ਸਾਉਣ ਮਹੀਨੇ ਦੀ ਪਹਿਲੀ ਬਰਸਾਤ ਨੇ ਹੀ ਪ੍ਰਸ਼ਾਸਨ ਦੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਦੇਖਣ ਨੂੰ ਮਿਲਿਆ, ਕਈ ਥਾਵਾਂ ਦੇ ਉੱਤੇ ਸੜਕਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਅਤੇ ਪੰਜਾਬ ਦੇ ਵਿੱਚ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਬਰਸਾਤ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ। ਦਾਅਵੇ ਹੀ ਦਾਅਵੇ ਸੀ, ਉਹ ਵਾਅਦਾ ਹੀ ਕੀ ਜੋ ਵਫਾ ਨਾ ਹੋਇਆ, ਅਤੇ ਆਪਾਂ ਕਹਿ ਸਕਦੇ ਹਾਂ ਪਿਛਲੀ ਵਾਰ ਜਦੋਂ ਬਰਸਾਤਾਂ ਆਈਆਂ ਘੱਗਰ ਨੇ ਤਬਾਹੀ ਮਚਾਈ। ਘੱਗਰ ਨੇ ਕੋਈ ਪਹਿਲੀ ਤਬਾਹੀ ਨਹੀਂ ਮਚਾਈ, ਹਰ ਸਾਲ ਮਚਾਉਂਦਾ ਹੈ। ਜਿੰਨਾ ਘੱਗਰ ਦੇ ਨਾਂ 'ਤੇ ਮੁਆਵਜ਼ਾ ਵੰਡਿਆ ਜਾ ਚੁੱਕਿਆ ਉਹਦਾ ਸੋਹਵਾਂ ਹਿੱਸਾ ਇਹਦਾ ਮਸਲਾ ਹੱਲ ਕਰ ਸਕਦਾ, ਜੇ ਸਹੀ ਦਿਸ਼ਾ ਦੇ ਵਿੱਚ ਕੰਮ ਕੀਤਾ ਜਾਵੇ। ਪਟਿਆਲੇ ਦੇ ਵਿੱਚ ਪਿਛਲੀ ਵਾਰੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਤ੍ਰਿਪੜੀ ਖੇਤਰ ਨੂੰ ਪਾਣੀ ਵਾਲੇ ਮਸਲੇ ਤੋਂ ਮੁਕਤ ਕਰਾਇਆ ਜਾਵੇਗਾ। ਆ ਗਏ ਇੰਜੀਨੀਅਰ ਇਹਨਾਂ ਦੇ, ਮੇਰਾ ਤਾਂ ਖਿਆਲ ਆ ਉਹਨਾਂ ਨੂੰ ਅਮਰੀਕਾ ਚਲੇ ਜਾ ਕੇ ਸਨਮਾਨਿਤ ਕਰਾਉਣਾ ਚਾਹੀਦਾ। ਜਿੱਧਰੋਂ ਪਾਣੀ ਆ ਰਿਹਾ, ਇੱਥੇ ਦੋ ਕਲੋਨੀਆਂ ਬਣੀਆਂ, ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਤੀ ਪਸ਼ੂ ਪਾਲਣ ਦੇ ਦਫ਼ਤਰ ਵਿੱਚ, ਜਿਹੜੀ ਫੂਲਕੀਆਂ ਕਲੇਬ ਬਣੀ ਆ, ਇੱਥੇ ਵੀ ਟੋਭਾ ਸੀ, ਪਸ਼ੂ ਪਾਲਣ ਵਾਲਾ ਵੀ ਟੋਭਾ ਸੀ, ਕਦੇ ਵੀ ਇਸ ਖੇਤਰ 'ਚ ਪਾਣੀ ਨਹੀਂ ਸੀ ਖੜਿਆ। ਅਤੇ 4 ਕਿਲੋਮੀਟਰ ਲਿਜਾ ਕੇ ਆਨੰਦ ਨਗਰ ਤੋਂ ਅੱਗੇ ਰਾਜਪੁਰ ਜਿਹੜੀ ਭਾਦਸੋ ਰੋਡ 'ਚ ਵਾਹ ਹੈ ਉਹਦੇ 'ਚ ਪਾਤਾ। ਆ ਦੋ ਮੀਂਹ ਪਏ ਨੇ, ਇੱਕ ਤਾਂ 15 ਕੁ ਮਿੰਟ ਮੀਂਹ ਪਿਆ, ਇੱਕ ਅਗਲੇ ਦਿਨ ਕਾਫੀ ਅੱਛਾ ਮੀਂਹ ਪੈ ਗਿਆ, ਪਾਣੀ ਫਿਰ ਖੜ੍ਹ ਗਿਆ। ਕੌਣ ਜ਼ਿੰਮੇਵਾਰ ਹੈ? ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਇਹਦੀ ਵਿਜੀਲੈਂਸ ਤੋਂ ਇਨਕੁਆਇਰੀ ਕਰਾਉਣ।
ਕਿ ਕਿਹੜੇ ਇੰਜੀਨੀਅਰ ਸਾਹਿਬ ਦਾ ਇਹ ਡਿਜ਼ਾਈਨ ਸੀ, ਕੀ ਇਹ ਸਾਰੇ ਇਹਦੀਆਂ ਕਮੀਆਂ ਕਿੱਥੇ ਨੇ, ਉਹ ਕਮੀਆਂ ਪਹਿਲਾਂ ਕਿਉਂ ਨਾ ਦੇਖੀਆਂ। ਇਸ ਤਰ੍ਹਾਂ ਤਮਾਮ ਘੱਗਰ ਬਾਰੇ ਮੁੱਖ ਮੰਤਰੀ ਸਾਹਿਬ ਆਪ ਐਲਾਨ ਕਰਕੇ ਆਏ ਸੀ, ਪਰ ਇਹਦੇ ਬਾਵਜੂਦ ਲੋਕਾਂ ਨੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚ ਅਨਾਊਂਸਮੈਂਟਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਕਿ ਆਓ ਆਪਾਂ ਆਪਣੇ ਆਪ ਨੂੰ ਆਪ ਬਚਾਈਏ, ਇਹਨਾਂ ਨੇ ਕੱਖ ਨਹੀਂ ਕਰਨਾ। ਫਿਰੋਜ਼ਪੁਰ ਵਾਲੇ ਪਾਸਿਓਂ ਲੁਧਿਆਣੇ ਦੇ ਬੁੱਢੇ ਲਾਲੇ ਦਾ ਮਸਲਾ ਉੱਠਿਆ, ਫਿਰੋਜ਼ ਇਹਦੇ ਵਿੱਚ ਸਾਰਾ ਅਣਸੋਧਿਆ ਪਾਣੀ ਪਾਇਆ ਜਾ ਰਿਹਾ। ਉਹ ਇੱਕ ਕਹਿੰਦੇ ਕਿ ਕਈ ਜਥੇਬੰਦੀਆਂ ਨੇ ਕਹਿਤਾ ਕਿ ਤੁਸੀਂ ਇੱਥੇ ਪਾ ਕੇ ਦਿਖਾਇਓ, ਬੰਨ ਅਸੀਂ ਮਾਰਾਂਗੇ। ਜੇ ਪਾਣੀ ਸਤਲੁਜ 'ਚ ਵੱਧ ਪਾਇਆ ਜਾਂਦਾ, ਫਿਰੋਜ਼ਪੁਰ ਜਾ ਕੇ ਤਬਾਹੀ ਮਚਾ ਜਾਂਦਾ, ਨੱਚਾਂ ਮੈਂ ਲੁਧਿਆਣੇ ਮੇਰੀ ਧਮਕੇ ਜਲੰਧਰ ਪੈਂਦੀ। ਸੋ ਜਦੋਂ ਤੱਕ ਹਰ ਸਰਕਾਰਾਂ ਪਿਛਲਾ ਛੱਡ ਦਿੰਦੀਆਂ ਨੇ, ਨਵਾਂ ਸ਼ੁਰੂ ਕਰ ਲੈਂਦੀਆਂ ਨੇ, ਅੱਗਾ ਦੌੜ ਪਿੱਛਾ ਚੌੜ, ਇਹੀ ਕੁਝ ਇਹਨਾਂ ਸਰਕਾਰਾਂ ਨੇ ਕੀਤਾ। ਅਤੇ ਆ ਪਾਣੀ ਵਾਲੇ ਮਾਮਲੇ ਦੇ ਵਿੱਚ ਮੈਂ ਕਈ ਹੋਰ ਮੁੱਦੇ ਹੈ, ਪਾਣੀ ਵਾਲੇ ਮਾਮਲੇ ਦੇ ਇਕੱਲੇ 'ਤੇ ਗੱਲ ਕਰਾਂ। ਪਾਣੀ ਵਾਲੇ ਮਾਮਲੇ ਦੇ ਵਿੱਚ ਜੋ ਕੁਝ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ, ਉਹਦੀ ਸਮੀਖਿਆ ਕਰ ਲੈਣ ਕਿ ਹੁਣ ਤੱਕ ਉਹਦੇ 'ਚੋਂ ਕਿੰਨਾ ਕੁਝ ਹੋਇਆ। ਜੀ ਸਾਹਿਬ, ਕੇਂਦਰ ਸਰਕਾਰ ਦਾ ਬਜਟ ਸੈਸ਼ਨ ਵੀ ਆਉਣ ਵਾਲਾ ਹੈ, ਕੇਂਦਰ ਸਰਕਾਰ ਬਜਟ ਲੈ ਕੇ ਆਏਗੀ ਅਤੇ ਬਜਟ ਦੇ ਵਿੱਚ ਕਿਹਨੂੰ ਰਾਹਤ ਮਿਲਦੀ ਹੈ, ਕੀ ਟੈਕਸ ਲੱਗਦਾ ਹੈ, ਟੈਕਸ ਸਲੈਬ ਜਿਹੜੀ ਉਹ ਘਟਾਈ ਵਧਾਈ ਜਾਂਦੀ ਹੈ, ਜਾਂ ਫਿਰ ਕਿਹੜੇ ਚੀਜ਼ਾਂ ਸਸਤੀਆਂ ਹੁੰਦੀਆਂ, ਮਹਿੰਗੀਆਂ ਹੁੰਦੀਆਂ ਨੇ, ਕਾਫੀ ਲੋਕਾਂ ਦੀਆਂ ਨਜ਼ਰਾਂ ਉਹਦੇ ਉੱਤੇ ਟਿਕ ਜਾਂਦੀਆਂ ਨੇ। ਅਤੇ ਖਾਸ ਤੌਰ ਦੇ ਉੱਤੇ ਬਜਟ ਇਜਲਾਸ ਤੋਂ ਪਹਿਲਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਪੀਐਮ ਮੋਦੀ ਨੇ ਵੀ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ, ਖੁਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੰਡੀਗੜ੍ਹ ਆਏ, ਉਹਨਾਂ ਨੇ ਵੀ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ। ਯਾਨੀ ਕਿ ਹੁਣ ਸਰਕਾਰ ਆ ਕੇਂਦਰ ਦੀ, ਉਹ ਹਰ ਕਦਮ ਪੂਰਾ ਸੋਚ ਕੇ ਜਾਂਚ ਪਰਖ ਕੇ ਅੱਗੇ ਰੱਖ ਰਹੀ ਹੈ, ਕਿਉਂਕਿ ਵਿਰੋਧੀ ਧਿਰ ਕਾਫੀ ਸਟਰੋਂਗ ਬੈਠੀ ਹੋਈ ਹੈ ਅਤੇ ਬਾਕੀ ਤਰ੍ਹਾਂ ਦੇ ਬਹੁਮਤ ਦੇ ਨਾਲ ਹੀ ਇਹ ਸਰਕਾਰ ਬਣੀ ਹੈ। ਅਤੇ ਇਸੇ ਦੇ ਚੱਲਦਿਆਂ ਇੱਕ ਹੁਣ ਬੈਠਕ ਸਰਵਦਲ ਦੀ ਵੀ ਸੱਦੀ ਗਈ ਹੈ, ਉਸ ਬੈਠਕ ਦੇ ਵਿੱਚ ਵੀ ਕਾਫੀ ਵਿਚਾਰ ਚਰਚਾਵਾਂ ਹੋਣਗੀਆਂ। ਤਾਂ ਕੁੱਲ ਮਿਲਾ ਕੇ ਬਜਟ ਤੋਂ ਪਹਿਲਾਂ ਦੀਆਂ ਤਿਆਰੀਆਂ ਕਾਫੀ ਜ਼ੋਰਾਂ 'ਤੇ ਨੇ। ਦੇਖੋ, ਜਿਹੜੀ ਸਰਵਦਲੀ ਮੀਟਿੰਗ ਹੁੰਦੀ ਹੈ, ਇਹ ਤਾਂ ਇੱਕ ਰਿਵਾਜ ਹੈ। ਉਹਨੂੰ ਦੂਜਿਆਂ ਨੂੰ ਕਹਿਣਾ ਹੁੰਦਾ ਕਿ ਆਪਾਂ ਸੈਸ਼ਨ ਚਲਾਉਣ ਚੱਲੇ ਹਾਂ ਜੀ, ਤੁਸੀਂ ਸਹਿਯੋਗ ਦਿਓ, ਬਹਿਸ ਕਰੋ। ਆਮ ਤੌਰ 'ਤੇ ਅਸੀਂ ਦੇਖਣ 'ਚ ਆਇਆ ਬਹਿਸ ਘੱਟ ਬਾਹਰ ਜ਼ਿਆਦਾ, ਮੁੱਦਿਆਂ 'ਤੇ ਗੱਲਬਾਤ ਹੀ ਨਹੀਂ ਹੁੰਦੀ। ਕੋਈ ਸਮਾਂ ਹੁੰਦਾ ਸੀ, ਭਾਵੇਂ ਵਿਧਾਨ ਸਭਾਵਾਂ ਨੇ, ਭਾਵੇਂ ਰਾਜ ਸਭਾ ਅਤੇ ਲੋਕ ਸਭਾ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਬਹਿਸ ਹੁੰਦੀ ਸੀ, ਉਹਦਾ ਕੋਈ ਮਿਆਰ ਹੁੰਦਾ ਸੀ, ਉਹ ਖਤਮ ਹੁੰਦੇ ਨਜ਼ਰ ਆ ਰਹੇ ਨੇ। ਕੱਲ੍ਹ ਤੋਂ ਸ਼ੁਰੂ ਹੋਣਾ ਸੈਸ਼ਨ, ਦਿਨ ਤਾਂ ਕੱਲ੍ਹ ਦਾ ਹੀ ਵਿੱਚ ਹੈ ਆਪਣੇ, ਪਰਸੋਂ ਨੂੰ ਤਾਂ ਇਸ ਵੇਲੇ ਤੱਕ ਬੀਬੀ ਨਿਰਮਲਾ ਸੀਤਾਰਮਨ ਨੇ ਕਾਫੀ ਕੁਛ ਬਜਟ 'ਚੋਂ ਪੜ੍ਹ ਦਿੱਤਾ ਹੋਣਾ, ਲੋਕਾਂ ਨੂੰ ਆਸਾਂ ਨੇ, ਸੀਨੀਅਰ ਸ਼ਹਿਰੀਆਂ ਨੂੰ ਰੇਲਾਂ ਤੋਂ ਵੀ ਆਸਾਂ ਨੇ ਕਿ ਜਿਹੜਾ ਪਹਿਲਾਂ 50% ਕਨਸੈਸ਼ਨ ਰਾਹਤ ਮਿਲਦੀ ਸੀ, ਉਹ ਕਰੋਨਾ ਵੇਲੇ ਬੰਦ ਕਰ ਦਿੱਤੀ ਗਈ, ਕਰੋਨਾ ਕਾਰਜਕਾਲ ਵੇਲੇ, ਅਤੇ ਉਹ ਦੁਬਾਰਾ ਸ਼ੁਰੂ ਕੀਤੀ ਜਾਵੇ, ਸ਼ਾਇਦ ਇਹ ਪਾਸੇ ਵੱਲ ਇਹ ਗੱਲ ਹੋ ਜਾਵੇ। ਸੋ ਕੱਲ੍ਹ ਨੂੰ ਇਹ ਬਜਟ ਆਉਣਾ ਹੈ, ਅਤੇ ਕੱਲ੍ਹ ਨੂੰ ਵਿੱਤ ਕਮਿਸ਼ਨ ਨੇ ਵੀ ਪੰਜਾਬ 'ਚ ਆਉਣਾ, ਉਹਨਾਂ ਨੇ ਵੀ ਕੱਲ੍ਹ ਮੀਟਿੰਗ ਰੱਖੀ ਵੀ ਇੱਥੇ ਆਤਵਾਜੀ ਜਾਣਗੇ। ਸੋ ਬਜਟ ਕੱਲ੍ਹ ਤੋਂ ਸ਼ੁਰੂ ਹੋਣਾ, ਬਜਟ ਤੋਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਵੱਡੀਆਂ ਆਸਾਂ ਨੇ। ਜੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਾਰੇ ਕਾਫੀ ਚਰਚਾਵਾਂ ਛਿੜ ਗਈਆਂ ਨੇ, ਉਹਨਾਂ ਵਾਸਤੇ ਪੰਥ ਰਤਨ ਦੀ ਮੰਗ ਕੀਤੀ ਗਈ ਹੈ, ਅਤੇ ਇਹ ਪੰਥ ਰਤਨ ਮਿਲਦਾ ਜਾਂ ਨਹੀਂ ਮਿਲਦਾ, ਪਰ ਇਸ ਤੋਂ ਪਹਿਲਾਂ ਕਾਫੀ ਤਰ੍ਹਾਂ ਦੇ ਜਿਹੜੇ ਬਿਆਨ ਨੇ, ਟਿੱਪਣੀਆਂ ਨੇ, ਉਹ ਲੀਡਰਾਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ।
ਦੇਖੋ ਇਹ ਮੁੱਖ ਗੱਲ ਤਾਂ ਹੈਗੀ ਹੈ ਕਿ ਜਿਹੜੇ ਹੈਗਾ ਨਾ ਇਹ ਨਾਮਧਾਰੀ ਮਿਸ਼ਨ ਉਹਨਾਂ ਦੀ ਸੰਪਰਦਾ ਦੇ ਉਹ ਕਾਰਕੁਨ ਨੇ ਜਿਹਨਾਂ ਨੇ ਮੰਗ ਕੀਤੀ ਹੈ। ਉਹ ਮੇਰੇ ਖਿਆਲ ਜੱਦਰ ਸਾਹਿਬ ਨੂੰ ਵੀ ਮਿਲ ਕੇ ਆਏ ਨੇ ਅਕਾਲ ਤਖ਼ਤ ਸਾਹਿਬ ਦੇ ਕਿ ਉਹਨਾਂ ਦਾ ਕੰਸਿਡਰ ਕੀਤਾ ਜਾਵੇ, ਉਹਨਾਂ ਨੂੰ ਮਤਲਬ ਇਹ ਪੰਥ ਰਤਨ ਭਾਰਤ ਰਤਨ ਵਗੈਰਾ ਦੇਣਾ ਚਾਹੀਦਾ। ਪੰਥ ਰਤਨ ਤਾਂ ਇੱਥੋਂ ਦੇਣਾ, ਭਾਰਤ ਰਤਨ ਦੇਸ਼ ਵਾਲਿਆਂ ਨੇ ਦੇਣਾ। ਲੇਕਿਨ ਉਹਨਾਂ ਦੀ ਮੰਗ ਹੈਗੀ ਹੈ ਕਿ ਡਾਕਟਰ ਮਨਮੋਹਨ ਸਿੰਘ 'ਤੇ ਕੋਈ ਕਿਸੇ ਕਿਸਮ ਦਾ ਕਿੰਤੂ ਪਰੰਤੂ ਵੀ ਸਵਾਲ ਨਹੀਂ, ਇਸ ਕਰਕੇ ਉਹਨਾਂ ਨੂੰ ਇਹ ਪੰਥ ਰਤਨ ਨਾਲ ਨਿਵਾਜਿਆ ਜਾਵੇ। ਸੋ ਦੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਜੋ ਦਸਦਰ ਸਾਹਿਬ ਆਹਨ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਇਹ ਪਾਸ ਹੁੰਦਾ ਕਿ ਨਹੀਂ ਹੁੰਦਾ। ਜ਼ਿਆਦਾਤਰ ਜਿਹੜੇ ਕਾਰਕੁਨ ਨੇ ਉਹ ਨਾਮਧਾਰੀ ਮਿਸ਼ਨ ਦੇ ਦੱਸੇ ਜਾਂਦੇ ਆ ਜੀ। ਟਿੱਲ ਸਾਹਿਬ, ਮੰਤਰੀ ਨੇ ਸਾਡੇ ਖੇਤੀਬਾੜੀ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਮੁਲਾਕਾਤ ਕੀਤੀ ਹੈ। ਕਈ ਮੁੱਦੇ ਉਹਨਾਂ ਨੇ ਕਿਸਾਨੀ ਦੇ ਉੱਥੇ ਜਾ ਕੇ ਚੁੱਕੇ ਨੇ ਅਤੇ ਖਾਸ ਤੌਰ ਦੇ ਉੱਤੇ ਨਕਲੀ ਬੀਜਾਂ ਖਾਦਾਂ ਦਾ ਮੁੱਦਾ ਵੀ ਕਾਫੀ ਉੱਭਰ ਕੇ ਸਾਹਮਣੇ ਆਇਆ। ਪਰ ਇੱਕ ਵਾਰ ਫਿਰ ਜਿੱਥੇ ਨਰਮੇ ਵਾਲੀ ਬੈਲਟ ਹੈ ਉਸ ਬੈਲਟ ਦੇ ਵਿੱਚ ਗੁਲਾਬੀ ਸੁੰਡੀ ਨੇ ਆਪਣੀ ਮਾਰ ਮਾਰੀ ਹੈ। ਗੁਲਾਬੀ ਸੁੰਡੀ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ। ਕਿਸਾਨ ਮਜਬੂਰ ਹੋ ਗਏ ਨੇ ਕਿ ਉਹ ਹੁਣ ਆਪਣੀ ਫਸਲ ਵਾਹ ਦੇਣ ਅਤੇ ਅਗਲੀ ਫਸਲ ਦੀ ਤਿਆਰੀ ਕਰ ਲੈਣ। ਦੇਖੋ ਇਹ ਲੰਬੇ ਸਮੇਂ ਤੋਂ ਕਿਸਾਨ ਵਿਚਾਰੇ ਇਸ ਗੱਲ ਦੀ ਮਾਰ ਕਰ ਰਹੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਫਸਲੀ ਵਿਭਿੰਨਤਾ ਹੋਵੇ, ਫਸਲੀ ਫੇਰ ਬਦਲ ਹੋਵੇ, ਕਣਕ ਝੋਨੇ ਤੋਂ ਸਾਡਾ ਖਹਿੜਾ ਛੁੱਟੇ, ਉਹਦੇ ਵਾਸਤੇ ਜਿਹੜੀ ਮਾਲਵਾ ਖੇਤਰ ਹੈ ਖਾਸ ਕਰ ਬਠਿੰਡੇ ਵਾਲੀ ਬੈਲਟ, ਉਹਨਾਂ ਦਾ ਨਰਮਾ ਸਭ ਤੋਂ ਵੱਧ ਪ੍ਰਮੁੱਖ ਸੀ। ਪਾਣੀ ਵੀ ਨਾ ਮਾਤਰ ਲੈਂਦਾ ਅਤੇ ਪੈਸੇ ਵੀ ਚੰਗੇ ਵਟਾ ਦਿੰਦਾ। ਪਿਛਲੇ ਸਮੇਂ 'ਚ ਭਾਅ ਵੀ ਚੰਗਾ ਸੀ, ਪਰ ਚਿੱਟਾ ਮੱਛਰ ਅਤੇ ਗੁਲਾਬੀ ਸੁੱਡੀ, ਕਿਸਾਨ ਆਗੂ ਨੇ ਰੁਲਦੂ ਸਿੰਘ ਮਾਨਸਾ, ਉਹਨਾਂ ਨੇ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਇਕੱਠੇ ਪ੍ਰੋਗਰਾਮ ਕਰ ਰਹੇ ਸੀ, ਉਹਨਾਂ ਨਾਲ ਸੰਪਰਕ ਕੀਤਾ। ਉਹਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਜੇ ਕੋਈ ਸਭ ਤੋਂ ਵਧੀਆ ਮੁੱਖ ਮੰਤਰੀ ਰਿਹਾ ਤਾਂ 111 ਦਿਨਾਂ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਰਹੇ ਨੇ, ਜਿਨ੍ਹਾਂ ਨੇ 17,000 ਦੇ ਕਰੀਬ ਮੁਆਵਜ਼ਾ ਕਰਤਾ ਸੀਗਾ ਪ੍ਰਤੀ ਕਿੱਲੇ ਦਾ। ਹੁਣ ਜਦੋਂ ਚਿੱਟੀ ਮੱਖੀ ਅਤੇ ਇਹਦਾ ਗੁਲਾਬੀ ਸੁੰਡੀ ਦਾ ਪ੍ਰਭਾਵ ਪੈਣ ਲੱਗ ਗਿਆ ਤਾਂ ਕਿਸਾਨਾਂ ਦੇ ਖੇਤ ਸਫਾ ਚੱਟ ਹੋ ਜਾਂਦੇ ਸੀ, ਕਿਸਾਨਾਂ ਨੇ ਬਦਲਣਾ ਸ਼ੁਰੂ ਕਰਤਾ। ਇਸ ਵੇਲੇ 90,000 ਏਕੜ ਜਿਹੜਾ ਹੈਗਾ ਉਹ ਝੋਨੇ ਦੇ ਹੇਠ ਚਲਾ ਗਿਆ, ਘਟ ਗਿਆ ਨਰਮੇ ਦਾ, ਅਤੇ ਦਾਅਵੇ ਸਰਕਾਰਾਂ ਜੋ ਮਰਜ਼ੀ ਕਰਦੇ ਰਹਿਣ, ਜਦੋਂ ਤੱਕ ਇਹਨਾਂ ਨੂੰ ਹਕੀਕਤਾਂ 'ਚ ਨਹੀਂ ਬਦਲਦੇ ਉਦੋਂ ਤੱਕ ਇਹ ਸਾਰਾ ਕੁਛ ਇਸੇ ਤਰ੍ਹਾਂ ਜਿਉਂ ਦੀ ਤਿਉਂ ਰਹੇਗਾ ਜੀ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਹੋਰਾਂ ਨੇ ਪੱਖ ਰੱਖਣ ਵਾਸਤੇ ਉਹਨਾਂ ਨੂੰ ਸੱਦਿਆ ਹੈ ਅਤੇ ਹੁਣ ਮੰਗ ਇਹ ਵੀ ਉੱਠ ਪਈ ਹੈ ਕਿ ਉਹਨਾਂ ਲੋਕਾਂ ਨੂੰ ਵੀ ਤਲਬ ਕੀਤਾ ਜਾਵੇ, ਉਹਨਾਂ ਤੋਂ ਵੀ ਪੁੱਛਗਿੱਛ ਹੋਵੇ ਜਿਨ੍ਹਾਂ ਨੇ ਡੇਰਾ ਮੁਖੀ ਨੂੰ ਮਾਫ਼ੀ ਦਿੱਤੀ ਸੀਗੀ। ਖਾਸ ਕਰ ਜਿਹੜੇ ਪਹਿਲੇ ਜਥੇਦਾਰ ਸੀ ਉਹਨਾਂ ਵੱਲ ਵੀ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਇਹਦੇ ਵਿੱਚ ਕਿਉਂ ਨਾ ਉੱਠਣ ਜੀ? ਜੇ ਤੁਸੀਂ ਪਹਿਲੀ ਗੱਲ ਜਿਹੜੀ ਉਲੰਘਣਾ ਕੀਤੀ ਹੈ ਉਹਨਾਂ ਨੇ, ਉਹ ਇੱਕ ਸਰਕਾਰੀ ਤਖ਼ਤ ਦੇ ਸਾਹਮਣੇ ਬਹਿ ਗਏ, ਜਾ ਕੇ ਸਰਕਾਰੀ ਕੋਠੀ 'ਚ ਬਹਿ ਗਏ। ਜਥੇਦਾਰਾਂ ਸਾਹਿਬ ਦਾ ਕੰਮ ਹੈ ਤਖ਼ਤ 'ਤੇ ਬੈਠਣਾ, ਉਹ ਹੁਕਮ ਲੈਣ ਜਾਣ ਸਿੱਖ ਮਰਿਆਦਾ ਦੇ ਵਿੱਚ, ਸਿੱਖ ਧਰਮ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਸਭ ਤੋਂ ਸਰਵ ਉੱਚ ਹੈ,
ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀ ਅਤੇ ਉਹੀ ਹੁਕਮ ਲੈਣ ਤੁਰ ਪੈਣ, ਸਭ ਤੋਂ ਪਹਿਲਾਂ ਤਾਂ ਲੰਘਣਾ ਉਹਨਾਂ ਨੇ ਕੀਤੀ ਹੈ। ਫਿਰ ਉਹਨਾਂ ਨੇ ਕਿਸ ਮਰਿਆਦਾ ਤਹਿਤ ਬਿਨਾਂ ਮੰਗੀ ਉਸ ਡੇਰੇ ਵਾਲੇ ਨੂੰ ਮਾਫ਼ੀ ਦਿੱਤੀ ਬਿਨਾਂ ਮੰਗੀ? ਇਹਦਾ ਮਤਲਬ ਉਹਨਾਂ ਨੂੰ ਆਪਣੇ ਵਿਧੀ ਵਿਧਾਨ ਦਾ ਪਤਾ ਹੀ ਨਹੀਂ। ਉਹ ਬੰਦਾ ਜਥੇਦਾਰ ਕਹਾਉਣ ਦਾ ਕੋਈ ਹੱਕਦਾਰ ਨਹੀਂ, ਔਰ ਨਾ ਹੀ ਜਥੇਦਾਰਾਂ ਦੀ ਨਿਯੁਕਤੀ ਜਥੇਦਾਰਾਂ ਨੂੰ ਹਟਾਉਣ ਦੀ ਕੋਈ ਵਿਧੀ ਵਿਧਾਨ ਇੱਥੇ ਨਜ਼ਰ ਆਉਂਦਾ। ਉਹਦੇ ਵਿੱਚ ਕਿਹਾ ਜਾਂਦਾ ਕਿ ਬਾਦਲ ਬਾਪ ਬੇਟਾ ਅਤੇ ਦਲਜੀਤ ਸਿੰਘ ਚੀਮਾ ਇਹਨਾਂ ਦੀ ਭੂਮਿਕਾ ਬਹੁਤ ਵੱਡੀ ਸੀ। ਵੀ ਸੁਣੋ ਜੀ ਕੀ ਕਹਿੰਦੇ ਨੇ ਇੱਕ ਜਥੇਦਾਰ ਗਿਆਨੀ ਮੱਲ ਸਿੰਘ, ਅੱਜ ਕੱਲ੍ਹ ਇਸ ਦੁਨੀਆਂ 'ਚ ਨਹੀਂ ਹੈ। ਉਹਨਾਂ ਨੇ ਉਦੋਂ ਵੀ ਕਿਹਾ ਸੀ ਕਿ ਨਾਂ ਲੈ ਕੇ ਤੁਸੀਂ ਸਾਨੂੰ ਸੁਨੇਹਾ ਭੇਜ ਦਿਆ ਕਰੋ, ਅਸੀਂ ਉਹਨੂੰ ਵਿਚਾਰ ਲਿਆ ਕਰਾਂਗੇ, ਪਰ ਤਖ਼ਤਾਂ ਦੇ ਜਥੇਦਾਰਾਂ ਨੂੰ ਸਰਕਾਰੀ ਕੋਠੀਆਂ 'ਚ ਸੱਦਣਾ ਇਹ ਗਲਤ ਹੈ। ਇਹ ਬਿਲਕੁਲ ਠੀਕ ਹੈ ਕਿ ਜਿਹੜੇ ਉਸ ਵੇਲੇ ਦੇ ਦੋ ਤਾਂ ਬੈਠੇ ਨੇ, ਸਭ ਤੋਂ ਪਹਿਲਾਂ ਗੁਰਮੁਖ ਸਿੰਘ ਬੋਲਿਆ ਸੀ, ਉਹਨੂੰ ਚੱਕਿਆ ਤਲਵੰਡੀ ਸਾਬੋ ਤੋਂ ਧਮਤਾਨ ਸਾਹਿਬ ਲਾਤਾ, ਫਿਰ ਸੌਦਾ ਬਚ ਗਿਆ, ਫਿਰ ਉਹਨੂੰ ਅਕਾਲ ਤਖ਼ਤ ਸਾਹਿਬ ਦਾ ਕਹਿੰਦੇ ਮੁੱਖ ਗ੍ਰੰਥੀ ਲਾਤਾ, ਜਿੱਥੇ ਕਿ ਮੁੱਖ ਗ੍ਰੰਥੀ ਪਹਿਲਾਂ ਵੀ ਹੈ। ਅਤੇ ਗੁਰਬਚਨ ਸਿੰਘ ਜਿਹੜਾ ਉਸ ਵੇਲੇ ਦਾ ਅਕਾਲ ਤਖ਼ਤ ਸਾਹਿਬ ਦਾ ਜੱਦਾਰ ਸੀ, ਔਰ ਜੋ ਕੁਝ ਉਹ ਵਾਪਰਿਆ ਸੀ ਸਾਰਿਆਂ ਨੂੰ ਪਤਾ, ਸੰਗਤ ਨੇ ਕਿਵੇਂ ਇਹਨਾਂ ਦੇ ਪੁਤਲੇ ਬਣਾ ਕੇ ਪਰਕਰਮਾਂ 'ਚ ਘੜੀਸੇ ਅਤੇ ਬਾਹਰ ਲਿਜਾ ਕੇ ਉਹਨਾਂ ਨੂੰ ਜੁੱਤੀਆਂ ਮਾਰ ਕੇ ਉਹਨਾਂ ਨੂੰ ਫੂਕਿਆ ਗਿਆ। ਕਦੇ ਪਹਿਲਾਂ ਵੀ ਜੱਦਾਰ ਦਾ ਇਸ ਤਰ੍ਹਾਂ ਦਾ ਹੋਇਆ ਸੀ? 1994 ਦੇ ਵਿੱਚ ਹੋਇਆ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਗਿਆ ਸੀ ਅਤੇ ਉਹਨਾਂ ਦੇ ਨਾਲ ਗਏ ਹਜੂਮ ਨੇ। ਉਸ ਵੇਲੇ ਦੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੇ ਘਰ ਦੇ ਜਾ ਕੇ ਠੁੱਡੇ ਮਾਰੇ ਸੀ, ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਹੁਣ ਵੀ ਜਿਹੜਾ ਇਹ ਉੱਠ ਰਹੀ ਹੈ ਕਿ ਉਹਨਾਂ ਨੂੰ ਵੀ ਸੱਦਿਆ ਜਾਵੇ, ਉਹਨਾਂ ਨੂੰ ਵੀ ਸਜ਼ਾ ਲਾਈ ਜਾਵੇ। ਸੋ ਕਈ ਵਾਰ ਇੱਥੇ ਬਹੁਤ ਕੁਝ ਵਾਪਰਦਾ ਹੈ। 1978 ਦੇ ਵਿੱਚ ਜਦੋਂ ਪੰਥ ਰਤਨ ਗੁਰਚਰਨ ਸਿੰਘ ਟੌੜਾ ਨਿਰੰਕਾਰੀ ਭਵਨ ਗਏ, ਇਹਨਾਂ ਕੋਲ ਇੱਕੋ ਹੀ ਕੰਮ ਹੈ, ਜੇ ਆਪਣੇ ਕੰਮ ਦਾ ਹੋਵੇ ਠੀਕ ਹੈ, ਨਹੀਂ ਹੁਕਮਨਾਮਾ ਜਾਰੀ ਕਰ ਦਿਓ। ਜਿਨ੍ਹਾਂ ਦੀ ਮਰਿਆਦਾ ਹੀ ਤੁਹਾਡੇ ਮੁਤਾਬਕ ਨਹੀਂ, ਉਹਨਾਂ 'ਤੇ ਹੁਕਮਨਾਮਾ ਕਿਵੇਂ ਲਾਗੂ ਹੋਏਗਾ? ਕਰਤਾ ਜੀ ਜਾਰੀ ਆ, ਜਿਵੇਂ ਹੁਣ ਫਸੇ ਫਿਰਦੇ ਨੇ ਡੇਰੇ ਵਾਲੇ ਦੇ ਮਾਮਲੇ 'ਚ, ਕਹਿੰਦੇ ਤੁਹਾਡੇ ਨਾਲ ਰੋਟੀ ਬੇਟੀ ਦੀ ਸਾਂਝ ਤਿਆਗਤੀ। 20 ਸਾਲਾਂ ਬਾਅਦ 1998 ਦੇ ਵਿੱਚ ਪਟਿਆਲਾ ਦੇ ਵਿੱਚ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਹੇ ਸਨ, ਤਾਂ ਜਥੇਦਾਰ ਟੌੜਾ ਨਿਰੰਕਾਰੀ ਭਵਨ ਚਲੇ ਗਏ। ਉਦੋਂ ਬਾਅਦ ਤੁਸੀਂ ਹਾਲ ਹੈ ਆਪਣੇ ਆਪ ਵੇਖ ਲਓ। ਇਹ ਸਾਰੀਆਂ ਸਮੱਸਿਆਵਾਂ ਜਦੋਂ ਇਹ ਕੁਰਸੀ ਖਾਤਰ ਮਰਿਆਦਾ ਤਾਕਦੇ ਨੇ ਉਹਦੇ ਤੋਂ ਪੈਦਾ ਹੋਈਆਂ ਵੀਆਂ ਨੇ। ਟਿੱਲ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਵੱਖ ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ, ਅਤੇ ਅਗਲੇ ਹਫ਼ਤੇ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਆਗਿਆ ਦਿਓ, ਧੰਨਵਾਦ।